कुड़ी इस मामले ਦੇ ਵਿੱਚ ਨਾਬਾਲਿਗ ਹੈ 302 ਦਾ ਪਰਚਾ ਕਿਹਾ ਜਾ ਰਿਹਾ ਹੈ ਕਿ ਉਸਤੇ ਦਰਜ ਹੋ ਗਿਆ ਤਾਂ ਹੁਣ ਇਸ ਨੂੰ ਕਿਵੇਂ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਕਿਉਂਕਿ ਖਬਰਾਂ ਇਹ ਸਾਹਮਣੇ ਆਈਆਂ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੁੜੀ ਅਤੇ ਉਸਦੀ ਮਾਤਾ ਜੀ ਨੂੰ ਪਰ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ। ਹਾਂਜੀ ਹਾਂਜੀ ਫਿਰ ਇਸ ਤੇ ਹੁਣ ਜਦੋਂ 302 ਕੁੜੀ ਤੇ ਲੱਗ ਚੁੱਕੀ ਹੈ ਉਹ ਨਾਬਾਲਿਗ ਹੈ ਉਸ ਤੇ ਕਾਰਵਾਈ ਕਿਵੇਂ ਕੀਤੀ ਜਾਵੇਗੀ? ਦੇਖੋ ਇਸ ਤਰ੍ਹਾਂ ਹੈ ਕਿ ਜੁਵੀਨਾਈਲ ਕੋਰਟਸ ਹੁੰਦੀਆਂ ਨੇ ਔਰ ਜੁਵੀਨਾਈਲ ਜੇ ਸ਼ਬਦ ਨਹੀਂ ਕਹੂੰਗਾ ਜੁਵੀਨਾਈਲ ਇੱਕ ਕਸਟਡੀ ਦਾ ਏਰੀਆ ਹੁੰਦਾ ਜਿੱਥੇ ਜਾਂ ਨਾਰੀ ਨਿਕੇਤਨ ਹੁੰਦਾ ਜਿੱਥੇ ਬੱਚਿਆਂ ਨੂੰ ਰੱਖਿਆ ਜਾਂਦਾ ਬੱਚਿਆਂ ਦਾ ਸੁਧਾਰ ਘਰ ਹੁੰਦਾ ਔਰ 3 ਸਾਲ ਦੀ ਇਹਦੇ ਚ ਜਾਂ 4 ਸਾਲ ਦੀ ਪਨਿਸ਼ਮੈਂਟ ਹੁੰਦੀ ਪਰ ਡਿਪੈਂਡ ਕਰਦਾ ਬੱਚੇ ਦੀ ਏਜ ਦੇਖੀ ਜਾਏਗੀ ਜੇ ਤੇ 13 ਸਾਲ ਤੋਂ ਘੱਟ ਹੈ ਫਿਰ ਉਹਦੇ ਤੇ ਜੁਰਮ ਅਲੱਗ ਤਰੀਕੇ ਨਾਲ ਜੇ 16-17 ਸਾਲ ਦਾ ਹੈ ਤਾਂ ਫਿਰ ਜੁਰਮ ਅਲੱਗ ਤਰੀਕੇ ਨਾਲ ਅੱਜ ਕੱਲ੍ਹ ਜਿਹੜੀ ਸੁਪਰੀਮ ਕੋਰਟ ਨੇ ਵੀ ਕਿਹਾ ਵੀ 16-17 ਸਾਲ ਦਾ ਜੇ ਬੱਚਾ ਹੈ ਤੇ ਉਹਨੂੰ ਐਟ ਪਾਰ ਵੀ ਮੰਨਿਆ ਜਾ ਸਕਦਾ ਇਹ ਡਿਸਕ੍ਰੀਸ਼ਨ ਆਫ ਕੋਰਟ ਹੈ ਪਰ ਉਹਨੂੰ ਸੁਧਰਨ ਦਾ ਮੌਕਾ ਵੀ ਦਿੱਤਾ ਜਾਵੇ ਤਾਂ ਜੋ ਅੱਗੋਂ ਉਹਦਾ ਫਿਊਚਰ ਔਰ ਕਰੀਅਰ ਖਰਾਬ ਨਾ ਹੋਵੇ ਬਟ ਇਹੋ ਜਿਹੇ ਸੰਗੀਨ ਜੁਰਮਾਂ ਚ ਰੇਪ ਹੋਵੇ ਮਰਡਰ ਹੋਵੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਹੀਨੀਅਸ ਕ੍ਰਾਈਮ ਦੀ ਜੇ ਕੈਟਾਗਰੀ ਚ ਹੋਵੇ ਤੇ ਉਹਦੇ ਵਿੱਚ ਡੈਫੀਨੇਟਲੀ ਥੋੜਾ ਜਿਹਾ ਤਿੱਖਾ ਰੁੱਖ ਲੈਣ ਵਾਸਤੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਤਾਂ ਜੋ ਅੱਗੋਂ ਇਹੋ ਜਿਹੇ ਕ੍ਰਾਈਮ ਕਰਨ ਵਾਲਿਆਂ ਨੂੰ ਡਰ ਲੱਗੇ। ਜੀ ਬਿਲਕੁਲ ਤੇ ਕਿਹਾ ਜਾ ਰਿਹਾ ਕਿ ਵਿਦੇਸ਼ ਰਹਿੰਦੇ ਕੁੜੀ ਦੇ ਪਿਤਾ ਦੇ ਵੱਲੋਂ ਸਾਜਿਸ਼ ਰਚੀ ਗਈ ਸੀ ਹੁਣ ਵਿਦੇਸ਼ ਦੇ ਵਿੱਚ ਰਹਿੰਦੇ ਪਿਤਾ ਤੇ ਕਾਰਵਾਈ ਕਿਵੇਂ ਹੋਵੇਗੀ ਕਿਉਂਕਿ ਪੁਖਤਾ ਸਬੂਤ ਜਿਹੜੇ ਵੀ ਨਾਲ ਲੱਗਦੇ ਵਿਅਕਤੀ ਨੇ ਉਹਨਾਂ ਦੇ ਵੱਲੋਂ ਦਿੱਤੇ ਜਾ ਰਹੇ ਨੇ ਕਿ ਫੋਨ ਤੇ ਗੱਲਬਾਤ ਹੋਈ ਸੀ ਮੁੰਡੇ ਦਾ ਕਤਲ ਕਰਨ ਤੋਂ ਪਹਿਲਾਂ ਮਾਰਨ ਵਾਲਾ ਚਾਚਾ ਸੀ ਨਾਲ ਲਿਜਾਣ ਵਾਲੇ ਉਸਦੇ ਕਜ਼ਨ ਭਰਾ ਸੀਗੇ ਪਰ ਵਿਦੇਸ਼ ਰਹਿੰਦੇ ਪਿਤਾ ਤੇ ਕਾਰਵਾਈ ਕਿਵੇਂ ਹੋਵੇਗੀ? ਦੇਖੋ ਜੀ ਇਸ ਤਰ੍ਹਾਂ ਕਿ ਕਾਲ ਡਿਟੇਲਸ ਨਿਕਲ ਜਾਂਦੀਆਂ ਔਰ ਬਾਕੀ ਦੇਖੋ ਨਾ ਫੋਰ ਐਗਜ਼ਾਮਪਲ ਜੇ ਰੁਟੀਨ ਚ ਪੂਰੇ ਦਿਨ ਚ ਕਿਸੇ ਬੰਦੇ ਦੀ ਥੋੜੀ ਜੀ ਗੱਲ ਹੋਈ ਹੈ ਪੂਰੇ ਦਿਨ ਚ 2-4 ਮਿੰਟ ਦੀ ਠੀਕ ਹੈ ਜੀ ਫੇਰ ਤੇ ਮੰਨਿਆ ਜਾ ਸਕਦਾ ਕਿ ਰੁਟੀਨ ਟਾਕ ਸੀਗੀ ਪਰ ਜੇ ਉਹ ਟਾਕ ਦਿਨ ਚ 10 ਵਾਰੀ ਹੋਈ ਹੈ 15 ਵਾਰੀ ਹੋਈ ਹੈ ਪਤਾ ਕੀ ਹੈ ਉਹ ਜਾਇਜ਼ਾ ਲੈਣਾ ਪਏਗਾ ਆਪਸ ਚ ਜਿਹੜੀ ਟਾਕ ਹੋਈ ਉਹਨਾਂ ਦੀ ਔਰ ਜੇ ਉਹ ਟਾਕ ਹੋਈ ਹੈ ਚਾਹੇ ਉਹ ਵਟਸਐਪ ਕਾਲ ਹੋਈ ਹੈ ਚਾਹੇ ਵਟਸਐਪ ਮੈਸੇਜ ਹੋਇਆ ਚਾਹੇ ਜੇ ਉਹ ਫ੍ਰੀਕੁਐਂਸੀ ਉਹਦੀ ਜ਼ਿਆਦਾ ਹੈ ਤੇ ਡੈਫੀਨੇਟਲੀ ਉਹਦੇ ਫਾਦਰ ਤੇ 120 ਵਿੱਚ ਸਾਜਿਸ਼ ਰਚਨ ਦੇ ਜੁਰਮ ਚ ਉਹਦੇ ਤੇ ਪਰਚਾ ਦਰਜ ਹੋਏਗਾ ਤੇ ਉਸੇ ਤਰ੍ਹਾਂ ਡੀਪੋਰਟ ਵੀ ਹੋਏਗਾ ਉਹਦੇ ਤੇ ਮਰਡਰ ਦੇ ਚਾਰਜ ਲੱਗਣ ਤੋਂ ਬਾਅਦ ਉਧਰ ਦੀ ਅਥਾਰਿਟੀਜ਼ ਨੂੰ ਦੱਸਿਆ ਜਾਏਗਾ ਤੇ ਉਹਦਾ ਡੀਪੋਰਟ ਦਾ ਪ੍ਰੋਸੈਸ ਸ਼ੁਰੂ ਹੋ ਜਾਏਗਾ ਜੀ ਔਰ ਉਹ ਸਰਕਮਸਟਾਂਸ਼ੀਅਲ ਐਵੀਡੈਂਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀਆਂ ਗੱਲਾਂ ਹੋਣੀਆਂ ਜੀ ਤੇ ਇਹ ਵੀ ਡੈਪੋਟੇਸ਼ਨ ਦਾ ਕੇਸ ਬਣਦਾ ਤਾਂ ਡਿਪੋਰਟ ਕਰਨਾ ਕਿ ਇਸ ਮਾਮਲੇ ਦੇ ਵਿੱਚ ਵੀ ਔਖਾ ਹੋਵੇਗਾ ਕਤਲ ਕੇਸ ਹੈ ਕਿਉਂਕਿ ਇਹ ਸਿੱਧੇ ਤੌਰ ਤੇ ਮੈਡਮ ਡੀਪੋਰਟ ਕਦੀ ਵੀ ਔਖਾ ਤੇ ਸੌਖੇ ਦੀ ਡੈਫੀਨੇਸ਼ਨ ਚ ਨਹੀਂ ਆਉਂਦਾ ਡੀਪੋਰਟ ਦਾ ਇੱਕ ਪ੍ਰੋਸੀਜਰ ਹੈ ਉਹਦੇ ਮੁਤਾਬਕ ਚੱਲਣਾ ਹੈ ਉਹਦੇ ਵਿੱਚ ਕਈ ਸਾਰੀਆਂ ਏਜੰਸੀਜ਼ ਕਈ ਕੰਟਰੀ ਕਈ ਪ੍ਰੋਸੀਜਰ ਇਨਵੋਲਵ ਹੈ ਉਹ ਪ੍ਰੋਸੀਜਰ ਜਦੋਂ ਸ਼ੁਰੂ ਹੋ ਜਾਏਗਾ ਤੇ ਉਹਦਾ ਐਂਡ ਤੇ ਹੋਏਗਾ ਹੀ ਹੋਏਗਾ ਔਰ ਮਰਡਰ ਹੋ ਗਿਆ ਜਿਵੇਂ ਬੇਅੰਤ ਕੌਰ ਨੇ 306 ਲੱਗੀ ਹੈ ਬੇਅੰਤ ਕੌਰ ਤੇ ਜਾਂ ਇਹਦੇ ਤੇ 302 ਲੱਗ ਗਈ ਹੈ ਨਾਲ ਇਹਦੇ ਰਿਲੇਟਡ ਧਾਰਾਵਾਂ ਲੱਗੀਆਂ ਨੇ ਤੇ ਹੀਨੀਅਸ ਕ੍ਰਾਈਮ ਦੀ ਕੈਟਾਗਰੀ ਚ ਆਉਂਦੀਆਂ ਉਧਰਲੀਆਂ ਕੰਟਰੀ ਵੀ ਇਹਨੂੰ ਬਹੁਤ ਸੀਰੀਅਸ ਮੰਨਦੀਆਂ ਈਵਨ ਵਾਈਫ ਹਸਬੈਂਡ ਨੂੰ ਜਾਂ ਹਸਬੈਂਡ ਵਾਈਫ ਨੂੰ ਅਬੰਡਨ ਕਰਕੇ ਵੀ ਆ ਜਾਏ ਤੇ ਉਹਨੂੰ ਵੀ ਬੜਾ ਸੀਰੀਅਸ ਮੰਨਦੇ ਨੇ ਯਾਨੀ ਕਿ ਇੱਕ ਲਾਅ ਵਰਲਡ ਵਾਈਡ ਲਾਅ ਮੈਨਸ ਰੀਆ ਤੇ ਕੰਮ ਕਰਦਾ ਗਿਲਟੀ ਮਾਈਂਡ ਤੁਸੀਂ ਇੱਕ ਲੜਕੀ ਹੋ ਮੈਂ ਇੱਕ ਲੜਕਾ ਮੈਂ ਤੁਹਾਨੂੰ ਟੱਚ ਦਿੰਦਾ ਉਹ ਇੱਕ ਭਰਾ ਦਾ ਟੱਚ ਵੀ ਹੋ ਸਕਦਾ ਹੈ ਫਾਦਰ ਦਾ ਟੱਚ ਵੀ ਹੋ ਸਕਦਾ ਦੋਸਤ ਦਾ ਵੀ ਹੋ ਸਕਦਾ ਹੈ ਤੇ ਵਰਗਰ ਟੱਚ ਵੀ ਹੋ ਸਕਦਾ ਜੀ ਮੇਰੀ ਨੀਤ ਕੀ ਸੀ ਉਸ ਵੇਲੇ ਤੁਹਾਨੂੰ ਟੱਚ ਕਰਨ ਲੱਗਿਆ ਉਹ ਚੀਜ਼ ਨਿਰਭਰ ਕਰਦੀ ਹੈ ਰਾਈਟ ਇਸੇ ਤਰ੍ਹਾਂ ਗਿਲਟੀ ਮਾਈਂਡ ਇਹਨਾਂ ਦੀ ਕਾਮਨ ਇੰਟੈਂਸ਼ਨ ਸੀ ਮਰਡਰ ਕਰਨ ਦੀ ਉਹ ਫ੍ਰੀਕੁਐਂਸੀ ਆਫ ਟਾਕ ਔਰ ਬੜੇ ਸਾਰੇ ਹੋਰ ਆਂਕੜੇ ਨੇ ਜਿੱਥੋਂ ਸਾਹਮਣੇ ਆਏਗਾ ਆਉਣ ਤੋਂ ਬਾਅਦ ਉਹ ਰੋਪਿਨ ਹੋਏਗਾ ਰੋਪਿਨ ਤੋਂ ਬਾਅਦ ਉਹ ਪ੍ਰੋਪਰ ਪ੍ਰੋਸੀਜਰ ਮੁਤਾਬਕ ਡੀਪੋਰਟ ਵੀ ਕੀਤਾ ਜਾਏਗਾ ਜੀ ਇਸ ਪਰਿਵਾਰ ਦੇ ਵਿੱਚ ਵੀ 4 ਭੈਣਾਂ ਦਾ ਇਕੱਲਾ ਇਕਲੌਤਾ ਭਰਾ ਸੀਗਾ ਹਰਚਰਨ ਸਿੰਘ ਤੇ ਲੀਗਲ ਐਡਵਾਈਸ ਕੀ ਦੇਣਾ ਚਾਹੋਗੇ ਉਹਨਾਂ ਨੂੰ ਕਿ ਅੱਗੇ ਉਹ ਕਿਸ ਤਰ੍ਹਾਂ ਕਾਰਵਾਈ ਕਰਨ ਹਾਂ ਉਹਦੇ ਵਾਸਤੇ ਮੈਂ ਇੱਕੋ ਗੱਲ ਕਹੂੰਗਾ ਕਿ ਢਿੱਲੇ ਨਾ ਪੈਣ ਔਰ ਪੁਲਿਸ ਤੇ ਪ੍ਰੋਪਰ ਨਿਗਾਹ ਰੱਖਣ ਕਿਉਂਕਿ ਚੋਰ ਜਦੋਂ ਫੜਿਆ ਜਾਂਦਾ ਉਹ ਪੈਸੇ ਵੀ ਖਰਚਦਾ ਸਾਮ ਦਾਮ ਦੰਡ ਭੇਦ ਠੀਕ ਹੈ ਨਾ ਜੀ ਉਹ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦਾ ਕਿ ਮੈਂ ਬਚਾਂ ਤੇ ਚੋਰ ਕਦੇ ਵੀ ਨਹੀਂ ਕਹਿੰਦਾ ਮੈਂ ਚੋਰੀ ਕੀਤੀ ਹੈ ਔਰ ਪੁਲਿਸ ਦੇ ਉੱਤੇ ਬੁਰੀ ਅਲਰਟ ਨਜ਼ਰ ਰੱਖਣ ਕੋਈ ਚੰਗੇ ਸਟਰੋਂਗ ਐਡਵੋਕੇਟ ਨਾਲ ਰੱਖਣ ਜਿਹੜੇ ਉਹਨਾਂ ਨੂੰ ਟਾਈਮ ਟੂ ਟਾਈਮ ਗਾਈਡ ਕਰਦੇ ਰਹਿਣ ਕਿ ਤੁਸੀਂ ਇਹ ਕਰੋ ਇਹ ਕਰੋ ਇਹ ਕਰੋ ਔਰ ਕੋਰਟ ਦੇ ਸਾਹਮਣੇ ਐਪਲੀਕੇਸ਼ਨਾਂ ਮਿਸਲੀਨੀਅਸ ਐਪਲੀਕੇਸ਼ਨਾਂ ਜਲਦੀ ਮੂਵ ਕਰਨ ਕਾਲ ਡਿਟੇਲਾਂ ਕਢਾਉਣ ਦੀਆਂ ਬਾਕੀ ਚੀਜ਼ਾਂ ਕਰਨ ਦੀਆਂ
ਜੇ ਕਿਸੇ ਭੈਣ ਭਰਾ ਕੋ ਜੇ ਨੰਬਰ ਹੋਵੇ ਉਸ ਪਰਿਵਾਰ ਦਾ ਮੇਰੇ ਤੱਕ ਪਹੁੰਚਾਓ, ਮੈਂ ਉਹਨਾਂ ਨੂੰ ਟੈਲੀਫੋਨ ਦੀ ਹੈਲਪ ਦੇਣਾ ਚਾਹੁੰਦਾ, ਜੇ ਲੋੜ ਪਈ ਤੇ ਇੱਕ ਵਾਰੀ ਜਾ ਕੇ ਮਿਲ ਕੇ ਵੀ ਆ ਸਕਦਾ ਮੈਂ। ਜੀ ਜ਼ਰੂਰ। ਤੇ ਇੱਕ ਹੋਰ ਇਹ ਕਿਹਾ ਜਾ ਰਿਹਾ ਕਿ ਯੂਪੀ ਦੇ ਵਿੱਚ ਇਨਸਾਫ ਲੈਣਾ ਔਖਾ ਹੈ, ਜਦੋਂ ਕਿ ਕਾਨੂੰਨ ਪੂਰੇ ਭਾਰਤ ਦੇ ਵਿੱਚ ਇੱਕ ਸਮਾਨ ਹੈ, ਇੱਕ ਬਰਾਬਰ ਹੈ, ਪਰ ਫਿਰ ਵੀ ਅਜਿਹਾ ਕਿਉਂ ਕਿਹਾ ਜਾ ਰਿਹਾ? ਤੁਸੀਂ ਆਪਣੇ ਨਜ਼ਰੀਏ ਤੋਂ ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਇਨਸਾਫ ਲੈਣਾ ਤਾਂ ਪੰਜਾਬ ਚ ਵੀ ਔਖਾ, ਉੱਥੇ ਕਿਹੜਾ ਸੌਖਾ ਪਿਆ। ਸਾਨੂੰ ਵੀ 2 ਮਹੀਨੇ ਲੱਗ ਗਏ 306 ਦਾ ਪਰਚਾ ਕਰਾਉਣ ਚ। ਥੈਂਕਸ ਟੂ ਹਿੰਦੀ ਭਾਜੀ, ਥੈਂਕਸ ਟੂ ਜਥੇਬੰਦੀਆਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਔਰ ਅਸੀਂ ਜ਼ੋਰ ਲਾਇਆ ਤੇ ਉਹ ਪਰਚਾ ਦਰਜ 306 ਐਡ ਹੋ ਗਈ। ਇਹੋ ਜੇ ਕੋਈ ਆਮ ਆਦਮੀ, ਮੈਂ ਤੁਹਾਨੂੰ ਕਈ ਦਿਖਾ ਦਿੰਦਾ ਜਿੱਥੇ ਪਰਚੇ ਖੁਰਦ ਬੁਰਦ ਹੋ ਗਏ, ਬੱਚਾ ਤੇ ਮਰੀ ਗਿਆ ਤੇ ਪਰਚੇ ਵੀ ਖੁਰਦ ਬੁਰਦ ਹੋ ਗਏ, ਜਿਵੇਂ ਲਵਪ੍ਰੀਤ ਲਵੀ ਵਾਲੇ ਕੇਸ ਚ ਪੁਲਿਸ ਨੇ ਆਪਣੀ ਜ਼ਮੀਨ ਵੇਚੀ ਹੈ। ਔਰ 306 ਚ ਜਿਹੜੇ ਕਲੀਅਰ ਕੱਟ 302 ਚ ਕਨਵਰਟ ਹੋਣਾ, ਉਹਦੇ ਵਿੱਚ ਮੈਂ ਪੁਲਿਸ ਨਾਲ ਬਿਲਕੁਲ ਲਾਈਨ ਤੇ ਹਾਂ, ਰੋਜ਼ ਫਾਲੋ ਅਪ ਕਰ ਰਿਹਾ ਤੇ ਪੁਲਿਸ ਨੇ ਸਾਨੂੰ ਬਿਨਾਂ ਦੱਸਿਆ ਦੂਜੀ ਪਾਰਟੀ ਦੀ ਬੇਲ ਹੋਣ ਦਿੱਤੀ ਹੈ, ਪਰ ਬੇਲ ਹੋਈ ਨੀ ਕਿ ਤਰੀਕ ਨੂੰ ਮੈਂ ਜਾਣਾ ਹੈ ਡੇਟ ਤੇ, ਪਰ ਪੁਲਿਸ ਨੇ ਤਾਂ ਸਾਨੂੰ ਦੱਸਿਆ ਤੱਕ ਇੰਟੀਮੇਟ ਵੀ ਨਹੀਂ ਕੀਤਾ। ਸੋ ਇਸ ਕਰਕੇ ਅਲਰਟ ਰਹੋ, ਚੋਰ ਪੈਸੇ ਖਰਚਣ ਨੂੰ ਤਿਆਰ ਹੁੰਦਾ, ਆਪਣੀ ਜਾਨ ਬਚਾ ਜੇਗਾ, ਕੋਈ ਨਾ ਕੋਈ ਕਾਨੂੰਨ ਦੀ ਕਿੜਕੀ ਚੋਂ ਬਚ ਜੇਗਾ ਔਰ ਕੋਈ ਨਾ ਕੋਈ ਆਪਣਾ ਢਿੱਲਾ ਪੱਖਰ ਖਾ ਜੇਗਾ। ਸੋ ਮੇਰੀ ਅਪੀਲ ਹੈ ਇਹਨਾਂ ਭੈਣ ਭਰਾਵਾਂ ਅੱਗੇ, ਅਲਰਟ ਰਹਿਣ, ਮੈਂ ਮਦਦ ਲਈ ਤਿਆਰ ਹਾਂ, ਟੈਲੀਫੋਨਿਕ ਤੇ ਹਰ ਵੇਲੇ ਤਿਆਰ ਹਾਂ, ਪਰ ਜੇ ਫਿਜ਼ੀਕਲੀ ਜਾਣਾ ਪੈਂਦਾ ਮੈਨੂੰ ਇੱਕ ਦੀਵਾਰ ਤੇ, ਮੈਂ ਜਾਣ ਨੂੰ ਵੀ ਤਿਆਰ ਹਾਂ, ਮੇਰਾ ਕੋਈ ਮੈਨੂੰ ਪ੍ਰੋਬਲਮ ਨਹੀਂ। ਜੀ, ਇੱਕ ਆਖਰੀ ਸਵਾਲ, ਕੀ ਇਹ ਮਾਮਲਾ ਫਾਸਟ ਟਰੈਕ ਅਦਾਲਤ ਦੇ ਵਿੱਚ ਜਾ ਸਕਦਾ? ਜਾਏਗਾ ਜੀ ਫਾਸਟ ਟਰੈਕ ਪਲੱਸ ਜੁਬਨਾਇਲ ਚ, ਕਿਉਂਕਿ ਬੱਚਾ ਇਨਵੋਲਵ ਹੈ ਔਰ ਇਹਦੇ ਲਈ ਸਪੈਸ਼ਲ ਜੁਬਨਾਇਲ ਜਸਟਿਸ ਬੋਰਡ ਬਣਿਆ ਹੋਇਆ ਜਿਹਦੇ ਮੈਂਬਰ ਵਿੱਚ ਮਾਨਯੋਗ ਸੈਸ਼ਨ ਜੱਜ ਸਾਹਿਬ ਡਾਇਰੈਕਟ ਚੇਅਰਪਰਸਨ ਹੁੰਦੇ ਨੇ ਤੇ ਉਹਨਾਂ ਦੀ ਨਿਗਰਾਨੀ ਦੇ ਅੰਦਰ ਇੱਕ ਸਪੈਸ਼ਲ ਕੋਰਟ ਬਣਦੀ ਹੈ ਜਿਹਦੇ ਵਿੱਚ ਡੇ ਟੂ ਡੇ ਪ੍ਰੋਸੀਡਿੰਗ ਵੀ ਹੁੰਦੀ ਹੈ, ਕਿਉਂਕਿ ਮਰਨ ਵਾਲਾ ਵੀ ਬੱਚਾ ਹੈ, 17 ਸਾਲ ਉਮਰ ਹੈ, 18 ਤੋਂ ਛੋਟਾ ਹੈ, ਮਰਨ ਵਾਲੇ ਚ ਵੀ ਇੱਕ ਬੱਚਾ ਸ਼ਾਮਿਲ ਹੈ। ਸੋ ਇਹ ਦੋ ਅਦਾਲਤਾਂ ਵਿੱਚ ਕੇਸ ਚੱਲੇਗਾ, ਇੱਕ ਵੱਡੀ ਅਦਾਲਤ ਚ ਕੇਸ ਚੱਲੇਗਾ ਜਿਹੜੀ ਅਡਲਟ ਬੰਦਿਆਂ ਲਈ ਹੁੰਦੀ ਹੈ, ਜਿਹੜੀ ਨਾਰਮਲ ਅਦਾਲਤਾਂ ਨੇ, ਇੱਕ ਬੱਚਿਆਂ ਵਾਲੀ ਅਦਾਲਤ ਚ ਵੀ ਇਹਦਾ ਪੈਰਲਲ ਕੇਸ ਚੱਲੇਗਾ, ਕਿਉਂਕਿ ਉਹ ਚ ਲੜਕੀ ਮਾਈਨਰ ਹੈ ਔਰ ਉਹਨੂੰ ਕੋਰਟ ਜੇ ਕੱਲ ਨੂੰ ਟ੍ਰੀਟ ਕਰਦੀ ਹੈ ਮੇਜਰ ਵਿੱਚ ਕਿ ਉਹ ਅਡਲਟ ਹੈ, ਪੂਰੀ ਤਰ੍ਹਾਂ ਡਿਵੈਲਪ ਹੈ ਔਰ ਸਾਜਿਸ਼ ਚ ਉਹਦੀ ਐਕਟਿਵ ਇਨਵੋਲਵਮੈਂਟ ਕਿੰਨੀ ਕੁ ਹੈ, ਬੜੀਆਂ ਸਾਰੀਆਂ ਚੀਜ਼ਾਂ ਨੇ ਜੇ ਉਹ ਕਰਦੀ ਔਰ ਕੋਰਟ ਉਹਦੀ ਪਰਮਿਸ਼ਨ ਦਿੰਦੀ ਹੈ ਤੇ ਉਹਨੂੰ ਵੀ ਐਟ ਪਾਰ ਵਿਦ ਬਾਕੀਆਂ ਨਾਲ ਡੀਲ ਕੀਤਾ ਜਾਏਗਾ ਔਰ ਇਹਦੇ ਚ ਹੋ ਸਕਦਾ ਫਾਂਸੀ ਦੀ ਸਜ਼ਾ ਤੱਕ ਹੋ ਜੇ। ਜੀ, ਅੱਜ ਕੱਲ ਬੈਨ ਹੈ ਇੰਡੀਆ ਚ, ਬੈਨ ਨਹੀਂ ਹੈ ਮਤਲਬ ਘੱਟ ਦਿੰਦੇ ਨੇ, ਕਿਉਂਕਿ ਸਾਡਾ ਜਿਹੜਾ ਲਾਅ ਹੈ ਰੀਫੋਰਮੇਸ਼ਨ ਤੇ ਚੱਲਦਾ, ਪਰ ਜੇ ਇਹਦੇ ਚ ਜਿੱਦਾਂ ਦਾ ਉਹਨਾਂ ਨੇ ਕ੍ਰਾਈਮ ਕੀਤਾ, ਜਿੱਦਾਂ ਦੀ ਉਹਨਾਂ ਨੇ ਹਰਕਤ ਕੀਤੀ ਹੈ, ਜੇ ਜਿਵੇਂ ਉਹਦੇ ਕੇਸ ਚ ਦਿੱਲੀ ਇੱਕ ਕਾਂਡ ਹੋਇਆ ਸੀ ਨਾ, ਨਿਰਭਿਆ ਕਾਂਡ, ਨਿਰਭਿਆ ਕਾਂਡ ਚ ਵੀ ਫਾਂਸੀ ਦਿੱਤੀ ਗਈ ਸੀ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਬੜੀ ਬਰੂਟਲ ਤਰੀਕੇ ਨਾਲ ਲੜਕੀ ਨੂੰ ਮਾਰਿਆ ਸੀ, ਲੜਕੇ ਨੂੰ ਵੀ ਮਾਰਿਆ ਸੀ, ਇਹ ਵੀ ਇੱਕ ਬਰੂਟਲ ਅਟੈਕ ਹੈ ਔਰ ਇਹਦੇ ਚ ਮੇਰੇ ਵਰਗਾ ਵਕੀਲ ਤੇ ਫਾਂਸੀ ਦੀ ਸਜ਼ਾ ਹੀ ਮੰਗੇਗਾ ਜੇ ਮੈਂ ਆਵਾਂਗਾ, ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਫਾਂਸੀ ਦੇ ਚੜਾਇਆ ਜਾਵੇ ਤਾਂ ਹੀ ਅਕਲ ਆਉਣੀ ਹੈ। ਦੇਖੋ ਜੀ, ਸਿੰਪਲ ਜੀ ਗੱਲ ਹੈ, ਜੇ ਮੁੰਡੇ ਨੂੰ ਕਹਿੰਦੇ ਨੇ ਉਹ ਗਲਤ ਹੈ ਤੇ ਕੁੜੀ ਨੇ ਘਰੇ ਸੱਦਿਆ ਤੇ ਆਇਆ, ਬਹਾਨੇ ਜੋ ਮਰਜ਼ੀ ਬਣਾਈ ਜਾਣ, ਏਦਾਂ ਦੇ ਕੋਈ ਕਿਸੇ, ਤੁਸੀਂ ਮੈਂ ਤੁਹਾਡੇ ਘਰ ਅੱਜ ਤੱਕ ਨਹੀਂ ਆਇਆ ਨਾ ਤੁਸੀਂ ਮੇਰੇ ਘਰ ਆਏ ਜੇ, ਹੈ ਨਾ, ਤੇ ਕਿਉਂਕਿ ਇਹ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਹੈ ਔਰ ਦੋਨੋਂ ਹੱਥ ਇੱਕੋ ਜਿਹੇ ਜ਼ੋਰ ਲਾਉਂਦੇ ਨੇ, ਬੱਚਾ ਸੀ ਉਹਨੂੰ ਸਮਝਾਉਂਦੇ, ਉਹਨੂੰ ਡਰਾਉਂਦੇ, ਉਹਦੇ ਮਾਂ ਪਿਓ ਨੂੰ ਬੁਲਾਉਂਦੇ, ਕੋਈ ਜਾਤ ਬਰਾਦਰੀ ਬੁਲਾਉਂਦੇ, ਉਹਨਾਂ ਦੀ ਵੀ ਅੱਜ ਕੱਲ ਮੁੰਡੇ ਦੀ ਵੀ ਇੱਜ਼ਤ ਉਨੀ ਪਿਆਰੀ ਹੈ ਜਿੰਨੀ ਕੁੜੀ ਦੀ ਪਿਆਰੀ ਹੈ। ਜੀ, ਬੱਚੇ ਸ਼ਰਾਰਤਾਂ ਕਰਦੇ ਨੇ, ਬੱਚੇ ਅਣਗਹਿਲੀਆਂ ਕਰਦੇ ਨੇ, ਬੱਚੇ ਮਤਲਬ ਜਾਂਦੇ ਨੇ, ਬੱਚਿਆਂ ਨੂੰ ਓਨੀ ਕੁ ਪਨਿਸ਼ਮੈਂਟ ਦਿਓ ਜਿੰਨੀ ਕੁ ਜਾਇਜ਼ ਹੈ। ਇਨਕਾਰਪੋਰਲ ਪਨਿਸ਼ਮੈਂਟ ਤਾਂ ਵੈਸੇ ਹੀ ਬੈਨ ਕੀਤੀ ਹੋਈ ਹੈ ਕਿ ਬੱਚੇ ਨੂੰ ਤੁਸੀਂ ਥੱਪੜ ਨੀ ਮਾਰਨਾ, ਬੱਚਾ ਅੱਜ ਵੀ 100 ਨੰਬਰ ਤੇ ਕਾਲ ਕਰਦੇ ਤੁਹਾਨੂੰ ਪਨਿਸ਼ਮੈਂਟ ਹੋ ਸਕਦੀ, ਤੁਸੀਂ ਤੇ ਬੰਦਾ ਹੀ ਮਾਰ ਛੱਡਿਆ, ਕਿੰਨੇ ਜ਼ਾਲਮ ਹੋਣਗੇ ਲੋਕ। ਜੀ ਜੀ, ਇਹੋ ਜਿਹੇ ਮਾਮਲੇ ਅੱਗੇ ਨਾ ਵਾਪਰਨ, ਇਸ ਲਈ ਤੁਸੀਂ ਬੱਚਿਆਂ ਨੂੰ ਤੇ ਸਮਾਜ ਨੂੰ ਕੁਝ ਨਸੀਹਤ ਦੇਣਾ ਚਾਹੋਗੇ? ਮੈਂ ਇੱਕੋ ਗੱਲ ਕਹਿੰਦਾ ਜੀ, ਮਰਿਆਦਾ ਚ ਰਹਿ ਕੇ ਜੀਓ, ਆਪਣੀ ਲੋੜ ਮੁਤਾਬਕ, ਆਪਣੀ ਭੁੱਖ ਮੁਤਾਬਕ, ਭੁੱਖ ਨੂੰ ਕੰਟਰੋਲ ਚ ਰੱਖੋ, ਵੱਡੇ ਸੁਪਨੇ ਨਾ ਲਵੋ, ਸੁਪਨੇ ਲੈਣੇ ਆ ਤੇ ਉਹਦੇ ਲਈ ਮਿਹਨਤ ਕਰੋ, ਮਤਲਬ ਹੱਥ ਦੇ ਸਿਰੋਂ ਜਮਾਨ ਦੀ ਕੋਸ਼ਿਸ਼ ਨਾ ਕਰੋ, ਮਿਹਨਤ ਕਰਕੇ ਅੱਗੇ ਵਧੋ, ਵਧਣ ਦੇ ਬੜੇ ਚਾਂਸ ਨੇ। ਜੋ ਆਦਮੀ ਮਿਹਨਤ ਕਰਦਾ, ਆਪਣੀ ਸੋਚ ਬਦਲ ਕੇ ਮਿਹਨਤ ਕਰਦਾ, ਉਹ ਬਹੁਤ ਦੂਰ ਤੱਕ ਜਾਂਦਾ, ਜਿਹੜਾ ਬੰਦਾ ਮਿਹਨਤ ਨਹੀਂ ਕਰਦਾ ਉੱਤੋਂ ਉੱਤੋਂ ਭਾਲਦਾ ਕਿ ਮੈਨੂੰ ਮੁਫਤੋਂ ਮੁਫਤੀ ਸਭ ਕੁਛ ਮਿਲ ਜਾਏ ਤੇ ਉਹ ਬੰਦਾ ਮਤਲਬ ਨਹੀਂ ਕਾਮਯਾਬ ਹੋ ਪਾਉਂਦਾ ਲਾਈਫ ਚ। ਇੱਕੋ ਸਲਾਹ ਹੈ, ਇੱਕੋ ਨਸੀਹਤ ਹੈ ਕਿ ਆਪਣੇ ਆਪ ਨੂੰ ਕੰਟਰੋਲ ਚ ਰੱਖ ਕੇ ਔਰ ਸਿਆਣਪ ਵਰਤੋ,
ਦੁਨੀਆਦਾਰੀ ਦੇ ਨਾਲ ਚੱਲੋ ਔਰ ਵਧੀਆ ਤਰੀਕੇ ਨਾਲ ਜ਼ਿੰਦਗੀ ਜੀਓ, ਇਸ ਤਰ੍ਹਾਂ ਇਹ ਤਰੀਕੇ ਠੀਕ ਨਹੀਂ। ਜੀ ਠੀਕ ਹੈ ਜੀ, ਵਕੀਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਤੇ ਉਮੀਦ ਹੈ ਕਿ ਇਸ ਪਰਿਵਾਰ ਨੂੰ ਵੀ ਇਨਸਾਫ ਮਿਲੇਗਾ ਤੇ ਲੋਕ ਤੁਹਾਡੇ ਨਾਲ ਸੰਪਰਕ ਜ਼ਰੂਰ ਕਰਨਗੇ। ਧੰਨਵਾਦ ਜੀ। ਮੈਂ ਚਾਹੁੰਦਾ ਕਿ ਜੋ ਪਰਿਵਾਰ ਮੈਨੂੰ ਸੰਪਰਕ ਕਰੇ ਜਾਂ ਮੈਨੂੰ ਕੋਈ ਉਹਦਾ ਨੰਬਰ ਪ੍ਰੋਵਾਈਡ ਕਰ ਦੇ ਤੇ ਮੈਂ ਉਹਨਾਂ ਨਾਲ ਸੰਪਰਕ ਕਰ ਲਾਂਗਾ, ਕੋਈ ਐਸੀ ਗੱਲ ਨਹੀਂ। ਜੀ ਠੀਕ ਹੈ ਜੀ, ਥੈਂਕ ਯੂ ਮੈਮ। ਥੈਂਕ ਯੂ। Thank you.